ਕਾਂਗਰਸ ਨੂੰ ਇੱਕ ਹੋਰ ਝਟਕਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਕਾਂਗਰਸ ਨੂੰ ਇੱਕ ਹੋਰ ਝਟਕਾ ਇੱਥੇ ਲੱਗਿਆ ਹੈ। ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਮਰਹੂਮ MP ਸੰਤੋਖ ਚੌਧਰੀ ਦੀ ਧਰਮ ਪਤਨੀ ਕਰਮਜੀਤ ਕੌਰ BJP 'ਚ ਸ਼ਾਮਿਲ ਹੋਏ ਨੇ। ਹੁਣੇ ਹਾਲ ਹੀ ਦੇ ਵਿੱਚ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਤੇ ਉਹਨਾਂ ਦੇ ਨਾਲ ਹੀ ਤਜਿੰਦਰਪਾਲ ਸਿੰਘ ਜਿਹੜੇ ਨੇ ਉਹ ਵੀ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਨੇ। ਹੁਣ ਕਾਂਗਰਸ ਪਾਰਟੀ 'ਚੋਂ ਨਿਕਲ ਕੇ ਇਹ ਦੋਨੋਂ BJP 'ਚ ਸ਼ਾਮਿਲ ਹੋਏ ਨੇ ਤਾਂ BJP ਲਈ ਇਹ ਵੱਡੀ ਖੁਸ਼ਖਬਰੀ ਹੈ। BJP ਦੀ ਜੇਕਰ ਪਾਰਟੀ ਦੀ ਗੱਲ ਕੀਤੀ ਜਾਵੇ ਪੰਜਾਬ ਵਿੱਚ, ਹਾਲਾਂਕਿ BJP ਦਾ ਕਾਫੀ ਵਿਰੋਧ ਹੋ ਰਿਹਾ, ਪਰ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਇੱਕ ਪਾਸੇ ਜਿੱਥੇ BJP ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਤਾਂ ਦੂਜੇ ਪਾਸੇ ਜਿਹੜੇ ਲੀਡਰ ਨੇ ਉਹ ਪਾਰਟੀਆਂ ਛੱਡ ਕੇ ਕਿਸੇ ਹੋਰ ਪਾਰਟੀਆਂ ਦੇ ਵਿੱਚ ਜਾ ਕੇ ਸ਼ਾਮਿਲ ਵੀ ਹੋ ਰਹੇ ਨੇ। ਤਾਂ ਹੁਣ ਇੱਥੇ ਵੱਡੀ ਗੱਲ ਹੈ ਕਿ BJP ਪਾਰਟੀ ਦੇ ਵਿੱਚ ਦੋ ਹੋਰ ਜਿਹੜੇ ਚਿਹਰੇ ਨੇ ਇਹ ਨਜ਼ਰ ਆਉਣਗੇ ਅਤੇ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਬਾਏ ਬਾਏ ਕਹਿ ਦਿੱਤਾ ਹੈ ਅਤੇ ਇੱਥੇ ਹੁਣ BJP ਦੇ ਵਿੱਚ ਇਹ ਦੋਨੋਂ ਸ਼ਾਮਿਲ ਹੋਏ ਨੇ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਇਹ, ਕਾਂਗਰਸ ਨੂੰ ਇੱਕ ਹੋਰ ਝਟਕਾ ਮਿਲਿਆ ਹੈ। ਮਰਹੂਮ MP ਸੰਤੋਖ ਚੌਧਰੀ ਦੀ ਧਰਮ ਪਤਨੀ ਕਰਮਜੀਤ ਕੌਰ BJP 'ਚ ਸ਼ਾਮਿਲ ਹੋ ਗਈ ਹੈ। ਉਹਨਾਂ ਦੇ ਨਾਲ ਹੀ ਤਜਿੰਦਰਪਾਲ ਸਿੰਘ ਵੀ ਇੱਥੇ ਕਾਂਗਰਸ ਪਾਰਟੀ ਨੂੰ ਛੱਡ ਕੇ BJP 'ਚ ਸ਼ਾਮਿਲ ਹੋ ਚੁੱਕੇ ਨੇ। ਇਸ ਵੇਲੇ ਦੀ ਵੱਡੀ ਖਬਰ ਹੈ ਅਤੇ ਬੜੇ ਕਿਆਸ ਲਗਾਏ ਜਾ ਰਹੇ ਨੇ ਹੁਣ ਇਹਨਾਂ ਤੋਂ, ਉਮੀਦਾਂ ਵੀ ਜਿਹੜੀ ਕਾਫੀ ਦੇਖਣ ਨੂੰ ਮਿਲਣਗੀਆਂ ਕਿ ਕਿੱਥੋਂ ਇਹਨਾਂ ਨੂੰ ਸੀਟ ਮਿਲੇਗੀ, ਪਰ ਫਿਲਹਾਲ ਦੀ ਘੜੀ ਇਹ BJP ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ।